ਸਾਡੇ ਪੰਜਾਬ ਅੰਦਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦੀਆਂ ਆਏ ਦਿਨ ਘਟਨਾਵਾਂ ਵਾਪਰ ਰਹੀਆਂ ਹਨ। ਅਜਿਹੀ ਇੱਕ ਘਟਨਾ ਮੋਗਾ ਦੇ ਪਿੰਡ ਫਤਿਹਗੜ੍ਹ ਪੰਜਦੂਰ ਵਿੱਚ ਵਾਪਰੀ। ਆਓ ਸੁਣਦੇ ਹਾਂ ਪੂਰੀ ਕਹਾਣੀ। ਜੂੜਾ ਰੱਖਣਾ ਧੱਕੇ ਨਾ ਕਟਾਏ ਵਾਲਾ। ਜੇਕਰ ਇਹ ਸਾਬਿਤ ਕਰ ਦੇਣ ਕਿ ਬੱਚੇ ਗੁਰਸਿੱਖ ਸੀਗੇ, ਜੋ ਸਿੱਖ ਸੰਗਤ ਜਿਹੜੀ ਸਿੱਖ ਸਮਾਜ ਨੂੰ ਸਜ਼ਾ ਲਾਊਗਾ, ਮੈਂ ਭੁਗਤਣ ਨੂੰ ਤਿਆਰ ਹਾਂ। ਟੀਚਰਾਂ ਨੂੰ ਪੁੱਛਿਆ, ਉਹਨਾਂ ਦੇ ਜੀ ਫੋੜੀਆਂ ਫਿਣਸੀਆਂ ਸੀ, ਫੋੜੀਆਂ ਫਿਣਸੀਆਂ। ਇਹ ਬੱਚੇ ਦੇ ਕੋਈ ਫੋੜੀ ਨਹੀਂ, ਕੋਈ ਫਿਣਸੀ ਨਹੀਂ ਹੈਗੀ। ਜਿਹੜੇ ਦੂਸਰੇ ਬੱਚੇ ਸੀ, ਆਵਾਜ਼ ਉਠਾਈ ਸੀ ਉਹਨਾਂ ਨੂੰ, ਉਦੋਂ ਕੋਈ ਜਥੇਬੰਦੀ ਆਈ ਵਿੱਚ, ਸਾਰਿਆਂ ਨੇ ਪ੍ਰਸ਼ਾਸਨ ਨੇ ਆਪ ਨੱਪ ਘੁੱਟ ਕੇ ਰਾਜੀਨਾਮਾ ਕਰ ਲਿਆ ਜੀ, ਫੋੜੀਆਂ ਫਿਣਸੀਆਂ। ਪਰ ਉਸ ਬੱਚੇ ਦੇ ਵੀ ਫੋੜੀਆਂ ਕੀ ਮਾਮਲਾ ਕੀ ਹੈ? ਕੀ ਸਰ ਮਾਮਲਾ ਇਹ ਹੈ ਕਿ ਬੱਚੇ ਜਿਹੜੇ ਆ, ਉਹਦੇ ਇੱਕ ਬੱਚੇ ਦਾ ਸੀਗੇ ਮਤਲਬ ਵਾਲ, ਸਿਰ ਦੇ ਵਿੱਚ ਉਹਦੇ ਜ਼ਖਮ ਸਨ, ਛਾਲੇ ਜਿਹੇ ਜਿੱਦਾਂ ਦਾਣੇ ਜਿਹੇ ਹੋਏ ਪਏ ਸੀ। ਅਤੇ ਉਹ ਬੱਚੇ ਨੂੰ ਜਿਹੜਾ ਇਹ ਕਿਹਾ ਗਿਆ ਕਿ ਤੂੰ ਆਪਣੇ ਵਾਲ ਥੋੜ੍ਹੇ ਛੋਟੇ ਕਰਵਾ ਤਾ, ਸੋ ਦੈਟ ਇਹ 'ਚ ਦਵਾਈ ਜਿਹੜੀ ਈਜ਼ੀਲੀ ਲੱਗ ਸਕੇ। ਬਸ ਇੰਨੀ ਗੱਲ ਸੀਗੀ। ਅਤੇ ਉਹ ਬੱਚਾ ਜਿਹੜਾ ਸੀਗਾ ਉਹ ਵਾਲ ਆਪਣੇ ਕਟਾਉਣ ਗਿਆ, ਆਲਰੇਡੀ ਬੱਚੇ ਦੀ ਕਟਿੰਗ ਸੀਗੀ, ਤਾਂ ਉਹ ਬੱਚਾ ਵਾਲ ਛੋਟੇ ਕਰਾਉਣ ਚਲਾ ਗਿਆ। ਨਾਲ ਦੋ ਬੱਚਿਆਂ ਨੇ ਹੋਰ ਵੀ ਕਟਾਏ ਨੇ। ਸਰ ਉਹ ਬੱਚਿਆਂ ਦਾ ਮੈਨੂੰ ਕੋਈ ਨਹੀਂ ਪਤਾ ਹੈਗਾ ਉਹਨਾਂ ਬਾਰੇ। ਉਹ ਬੱਚੇ ਨੂੰ, ਇੱਕ ਨੂੰ ਮੈਂ ਭੇਜਿਆ ਜਿਹਦੇ ਜ਼ਖਮ ਸਨ, ਉਹ ਤੁਸੀਂ ਸਰ ਵੇਖ ਸਕਦੇ ਹੋ ਜੀ ਕਿੰਨਾ ਉਹਦਾ ਬੱਚੇ ਦਾ ਬੁਰਾ ਹਾਲ ਸੀਗਾ। ਉਹ ਬੱਚੇ ਨੂੰ ਕਿਹਾ ਗਿਆ ਇਹ ਨਾਲ ਉਵੇਂ ਚਲੇ ਗਏ, ਮੈਨੂੰ ਇਹਨਾਂ ਬਾਰੇ ਨਹੀਂ ਪਤਾ ਹੈਗਾ। ਇਹਨਾਂ ਦੇ ਪਹਿਲਾਂ ਸਿਰ 'ਤੇ ਵਾਲ ਸੀਗੇ ਜੀ? ਨਹੀਂ ਸਰ, ਇਹਨਾਂ ਦੇ ਜੂੜੇ ਇਹਨਾਂ ਦੇ ਬਿਲਕੁਲ ਨਹੀਂ ਸੀ ਹੈਗੇ, ਇਹਨਾਂ ਦੇ ਇੰਨੇ ਇੰਨੇ ਮਤਲਬ 2 ਇੰਚ ਤੋਂ ਵਾਧ ਕੇ ਵਾਲ ਨਹੀਂ ਸੀ ਹੈਗੇ। ਉਹਨਾਂ ਦੋ ਮਤਲਬ ਕਟਿੰਗ ਆਲਰੇਡੀ ਪਹਿਲਾਂ ਪਹਿਲੀ ਕਲਾਸ 'ਚੋਂ ਇਹਨਾਂ ਦੀ ਕਟਿੰਗ ਚੱਲਦੀ ਪਈ ਹੈ। ਉਹ ਕਹਿੰਦੇ ਪੈਸੇ ਵੀ ਮੈਡਮ ਨੇ ਦਿੱਤੇ ਨੇ ਜਿਹੜੇ? ਨਹੀਂ 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 ਸਰ, ਪੈਸਾ ਪੂਸਾ ਮੈਂ ਕੋਈ ਨਹੀਂ ਦਿੱਤਾ। ਬਸ ਇੰਨਾ ਕਿਹਾ ਸੀ ਤੁਸੀਂ ਕਟਾਓ ਵਾਲ, ਕਟਾ ਲਿਆ ਜੇ। ਇਹ ਵੀ ਨਹੀਂ ਕਿਹਾ ਕਿ ਮੈਂ ਹੁਣੇ ਜਾਓ, ਤਾਂ ਬੱਚੇ ਕਹਿੰਦੇ ਮੈਡਮ ਜੀ ਹੁਣੇ ਚੱਲ ਜੀ, ਬੱਚਾ ਕਹਿੰਦਾ ਜਿਹੜਾ ਸੀਗਾ, ਮੈਂ ਕਿਹਾ ਤੂੰ ਜਾਓ ਚਲੇ ਜਾ, ਬਸ ਇੰਨਾ ਸਰ ਸੀਗਾ, ਇਹਦੇ 'ਚ ਕੋਈ ਹੋਰ ਕੁਛ ਨਹੀਂ। ਕਿੰਨੀ ਕੁ ਸੱਚਾਈ, ਕਿੰਨੀ ਕੁ ਜਿਹੜੇ ਤੁਹਾਡੇ ਤੋਂ ਹੁਣ ਆਰੋਪ ਲਾ ਰਹੇ ਨੇ ਵੀ ਸਾਡੇ ਬੱਚਿਆਂ ਦੇ ਗੁਰਸਿੱਖ ਸੀਗੇ, ਇਹਨਾਂ ਦੇ ਕਤਲ ਕੇਸ? ਸਰ ਗੁਰਸਿੱਖ ਬੱਚੇ ਤਾਂ ਸੀਗੇ ਨਹੀਂ, ਬੱਚਿਆਂ ਦੀ ਆਲਰੇਡੀ ਕਟਿੰਗ ਸੀਗੀ, ਅਤੇ ਇਹ ਬੱਚਾ ਜਿਹੜਾ ਸੀਗਾ ਆਲਰੇਡੀ ਪਹਿਲਾਂ ਤੋਂ ਮੋੜਨਾ ਸੀਗਾ, ਹੁਣ ਵੀ ਉਹ ਬੱਚਾ ਜਿਹੜਾ ਵਾ ਉਹ ਕਟਿੰਗ ਜਿਹੜੀ ਹੈਗੀ ਆ ਉਹ ਬੱਚੇ ਦੀ ਹੁਣ ਵੀ ਕਟਿੰਗ ਹੀ ਸੀਗੀ ਜਦੋਂ ਬੱਚੇ ਨੇ ਪਾਲ ਛੋਟੇ ਕਰਾਏ ਆ, ਅਤੇ ਪਹਿਲਾਂ ਵੀ ਬੱਚਾ ਕਟਿੰਗ। ਤਿੰਨੇ ਹੀ ਪਹਿਲੇ ਹੀ ਮੋਨੇ ਨੇ? ਬਿਲਕੁਲ ਸਰ, ਤਿੰਨੇ ਬੱਚੇ ਪਹਿਲਾਂ ਮੋਨੇ ਸਨ। ਕਿਹੜੀ ਕਲਾਸ 'ਚ ਪੜ੍ਹਦਾ? ਚੌਥੀ 'ਚ। ਤੇਰੀ ਕਟਿੰਗ ਕਿੰਨੇ ਕਰਾਈ ਸੀ? ਮੈਡਮਾਂ ਤੇ ਸਰਾਂ ਨੇ। ਅੱਛਾ, ਕੀ ਕਿਹਾ ਸੀ ਉਹਨਾਂ ਨੇ? ਉਹ ਕਹਿੰਦੇ ਸੀ ਤੂੰ ਵਾਲ ਨਹੀਂ ਕਟਾ ਕੇ ਆਉਂਦੇ। ਮੈਂ ਕਿਹਾ ਜੀ। ਤੇਰੇ ਕਿੱਡੇ ਕਿੱਡੇ ਸੀ ਵਾਲ? ਐਡੇ ਐਡੇ ਸੀ। ਅੱਛਾ, ਤੇ ਕਿਹੜੇ ਕਿਹੜੇ ਟੀਚਰਾਂ ਨੇ ਕਟਾਏ ਨੇ? ਇੱਕ ਗੁਰਮੀਤ ਸਰ ਤੇ ਇੱਕ ਗੁਰਜੀਤ ਮੈਡਮ। ਅੱਛਾ, ਪੈਸੇ ਉਹਨਾਂ ਨੇ ਦਿੱਤੇ ਸੀ? ਜੀ ਹਾਂਜੀ, ਬਾਅਦ 'ਚ 30-30 ਰੁਪਏ ਵੀ ਮੰਗਦੇ ਸੀ। ਅੱਛਾ, ਤੇ ਹੋਰ ਕਿੰਨੇ ਬੱਚੇ ਸੀ ਜਿਨ੍ਹਾਂ ਦੀ ਕਟਿੰਗ ਕਰਾਈ? 2। ਜਿਸ ਦਿਨ ਇਹ ਘਟਨਾ ਵਾਪਰਦੀ ਹੈ, ਮੈਡਮ ਬਾਹਰੋਂ ਦੌੜੇ ਆਉਂਦੇ ਨੇ ਜੀ, ਪਿੱਛੇ ਇੱਕ ਮੁੰਡਾ ਹੋਰ ਆ ਰਿਹਾ ਦੌੜਿਆ। ਉਹ ਮੈਡਮ ਮੈਨੂੰ ਆਣ ਕੇ ਇਹ ਗੱਲ ਕਹਿੰਦੇ ਪਏ ਨੇ, ਪਹਿਲਾਂ ਤਾਂ ਮੈਡਮ ਬੈਠੇ ਉੱਥੇ ਆਣ ਕੇ ਕਹਿਣ ਡਏ ਨੇ ਵੀ ਇਹ ਮੁੰਡਾ ਜਿਹੜਾ ਵੀ ਬਦਤਮੀਜ਼ੀ ਕਰਦੇ ਆ, ਸਾਰੇ ਕੋਈ ਮਸਲਾ ਥੋੜ੍ਹਾ ਜਿਹਾ ਉਲਝ ਗਿਆ ਹੈਗਾ। ਠੀਕ ਹੈ ਜੀ, ਮੈਂ ਉਹ ਮੁੰਡਾ ਬਾਹਰੋਂ ਹੀ ਲਾਈਵ ਤੁਰਿਆ ਆਉਂਦਾ ਜੀ। ਮੈਂ ਉਹਨੂੰ ਕਿਹਾ ਯਾਰ ਇਹ ਕੀ ਕਰ ਰਿਹਾ? ਕਹਿੰਦਾ ਮੈਂ ਫੇਸਬੁੱਕ 'ਤੇ ਲਾਈਵ ਹਾਂ। ਠੀਕ ਹੈ ਜੀ, ਮੈਂ ਉਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕਰਦਾ, ਚਲੋ ਜੋ ਵੀ ਮਸਲਾ ਹੈਗਾ ਵੀ ਆਪਾਂ ਉਹਨੂੰ ਬੈਠ ਕੇ ਸੋਲਵ ਆਊਟ ਕਰਦੇ ਹਾਂ। ਮੈਡਮ ਨੂੰ ਪੁੱਛਿਆ ਮੈਂ ਕਿ ਕੀ ਚੱਕਰ? ਮੈਡਮ ਕਹਿੰਦੇ ਵੀ ਇਸ ਤਰ੍ਹਾਂ ਆਹ ਗੱਲ ਹੋਈ ਹੈ ਵੀ ਕੱਲ੍ਹ ਮੈਂ ਇੱਕ ਬੱਚੇ ਦੇ ਜਿੰਦੇ ਦੇ ਸਿਰ 'ਤੇ ਫਿਣਸੀਆਂ ਸੀਗੀਆਂ, ਬੋਡੀ ਸਾਰੀ 'ਤੇ ਫਿਣਸੀਆਂ ਸੀ, ਬੁਰਾ ਹਾਲ ਸੀ ਉਹਦਾ। ਠੀਕ ਹੈ ਜੀ, ਉਹਨੂੰ ਮੈਂ ਕਿਹਾ ਬੇਟਾ ਤੇਰੇ ਐਡੇ ਛੇਤੀ ਜ਼ਖਮ ਜਿਹੜੇ ਠੀਕ ਨਹੀਂ ਹੋਣੇ, ਅਤੇ ਤੂੰ ਇਹਨਾਂ ਨੂੰ ਥੋੜ੍ਹੇ ਉਹਦੇ ਵਾਲ ਛੋਟੇ ਕਰਾ ਤਾਂ ਕਿ ਜਿਹੜੇ ਤੇਰੇ ਜਿਹੜੀ ਹੀਲਿੰਗ ਜਲਦੀ। ਆਪਣੇ ਫਤਿਹਗੜ੍ਹ ਪੰਜਦੂਰ ਦੇ ਜੀ, ਤੁਸੀਂ ਧਰਨਾ ਲਾਇਆ, ਕੀ ਕਾਰਨ ਕੀ ਹੈ? ਕਾਰਨ ਇਹ ਜੀ, ਸਾਰੇ ਜਦੋਂ ਮਾਸਟਰਾਂ ਮੈਡਮਾਂ ਨੇ ਬੱਚਿਆਂ ਹੱਡੇ ਦੇ ਵਾਲ ਕਟਾਏ ਸਕੂਲ ਟਾਈਮ ਦੇ ਵਿੱਚ, ਸਾਨੂੰ ਪੁੱਛਣ ਦਾ ਫਰਜ਼ ਨਹੀਂ, ਅਸੀਂ ਮਾਂ ਪਿਓ ਨਹੀਂ, ਅਸੀਂ ਜੰਮੇ ਨਹੀਂ। ਕੱਲ੍ਹ ਦਰਖਾਸਤ ਆਈ ਸਾਡੇ ਕੋਲ ਕੁਲਵੰਤ ਸਿੰਘ ਪੁੱਤਰ ਜਗਰੂਪ ਸਿੰਘ, ਅਸੀਂ ਫਤਿਹਗੜ੍ਹ ਮਸ਼ਹੂਰ ਵੱਲੋਂ, ਅਤੇ ਉਹਨਾਂ ਦਾ ਬੇਟਾ 4th ਕਲਾਸ 'ਚ ਪੜ੍ਹਦਾ ਹੈ, ਗੁਰਮੀਤ ਸਿੰਘ ਟੀਚਰ, ਇੱਕ ਮੈਡਮ ਨੇ ਗੁਰਜੀਤ ਕੌਰ, ਸਰਕਾਰੀ ਪ੍ਰਾਇਮਰੀ ਸਕੂਲ ਫਤਿਹਗੜ੍ਹ ਮਸ਼ਹੂਰ, ਅਤੇ ਉਹਨਾਂ ਨੇ ਜ਼ਬਰਦਸਤੀ ਉਹਨਾਂ ਦੇ ਬੱਚੇ ਦੇ ਜਿਹੜੇ ਵਾਲ ਕਟਵਾ ਦਿੱਤੇ। ਉਹਦੇ ਸੰਬੰਧ ਦੇ ਵਿੱਚ ਮੈਂ ਇਹਦੀ ਇਨਕੁਆਇਰੀ ਕਰਕੇ ਜੋ ਵੀ ਬਣਦੀ ਕਾਰਵਾਈ ਕਰਾਂਗੇ।
ਹੁਣ ਵੇਖਣਾ ਇਹ ਹੈ ਕਿ ਇਸ ਪੂਰੇ ਮਾਮਲੇ ਦੀ ਸੱਚਾਈ ਕੀ ਹੈ। ਨਿਊਜ਼ ਪੰਜਾਬ ਦੀ ਵੈੱਬ ਟੀਵੀ ਤੋਂ ਸਰਬਜੀਤ ਰੌਲੀ ਦੀ ਖਾਸ ਰਿਪੋਰਟ।